ਹਾਂਜੀ ਸਰ, ਤੁਹਾਡਾ ਨਾਮ ਕੀ ਹੈ ਜੀ? ਰਾਜਵਿੰਦਰ ਸਿੰਘ ਜੀ, ਪਿੰਡ ਭੁੱਖੀਵਾਲ। ਤੁਸੀਂ ਉਰੇ ਦੇ ਮਤਲਬ ਕੀ ਹੈ? ਸਰਪੰਚ ਹਾਂ ਜੀ ਮੈਂ। ਹਾਂਜੀ, ਇਹ ਜਿਹੜੀ ਤੁਸੀਂ ਉਰੇ ਨਾਕਾਬੰਦੀ ਕੀਤੀ ਹੈ, ਇਹ ਕਿਸ ਮੁਤਾਬਕ ਕੀਤੀ ਹੈ ਜੀ? ਇਹ ਐਸਡੀਐਮ ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਕ ਜਿਵੇਂ ਸਾਨੂੰ ਉਹਨਾਂ ਨੇ ਕਿਹਾ। ਇਹਨਾਂ ਨੂੰ ਉਰੇ ਕਿਸੇ ਨੂੰ ਆਉਣ ਜਾਣ ਨਹੀਂ ਦਿੱਤਾ ਜਾਂਦਾ? ਪਿੰਡ ਵਾਲਿਆਂ ਵਾਸਤੇ ਮੇਨ ਫਾਇਦਾ ਜਾਂ ਬਾਹਰਲਿਆਂ ਨੂੰ ਰੋਕਿਆ ਜਾਂਦਾ? ਬਾਹਰ ਵਾਲਿਆਂ ਨੂੰ ਰੋਕਿਆ ਜਾਂਦਾ ਜੀ, ਪਿੰਡ ਵਾਲਿਆਂ ਨੂੰ ਵੀ ਆਮ ਬਿਨਾਂ ਕੰਮ ਤੋਂ ਨਹੀਂ ਬਾਹਰ ਜਾਣ ਦਿੱਤਾ ਜਾਂਦਾ। ਬਾਕੀ ਕਿਹੜਾ ਕਿਹੜਾ ਬੰਦਾ ਅੰਦਰ ਜਾ ਸਕਦਾ ਜੀ ਤੁਹਾਡੇ? ਅੰਦਰ ਜਿਵੇਂ ਦੁੱਧ ਵਾਲੇ ਨੇ ਜੀ, ਜਾਂ ਕੋਈ ਪਰਚੂਨ ਦਾ ਕੋਈ ਸੌਦਾ ਲੈਣ ਵਾਲਾ, ਜਾਂ ਸਬਜ਼ੀ ਵਾਲਾ ਕੋਈ ਆ ਗਿਆ ਇੱਥੋਂ। ਹੁਣ ਵੈਸੇ ਸਬਜ਼ੀ ਵਾਲੇ ਵੀ ਅਸੀਂ ਬੰਦ ਕੀਤੇ ਨੇ, ਜਿੱਦਣ ਦਾ ਜ਼ਿਆਦਾ ਪੇਸ਼ੈਂਟ ਵਧਣ ਲੱਗ ਗਏ। ਉਸ ਤੋਂ ਇਲਾਵਾ ਪਿੰਡ ਦੇ ਵਿੱਚ ਕੋਈ ਦਿੱਕਤ ਆਉਂਦੀ ਹੋਵੇ ਤੁਹਾਨੂੰ ਜੀ? ਪਿੰਡ 'ਚ ਕੋਈ ਦਿੱਕਤ ਨਹੀਂ ਆਉਂਦੀ। ਕੋਈ ਭੁੱਖਾ ਬੈਠਾ ਹੋਵੇ ਜਾਂ ਰਾਸ਼ਨ ਦੀ ਪ੍ਰੋਬਲਮ ਆਉਂਦੀ ਹੋਵੇ? ਕੋਈ ਪ੍ਰੋਬਲਮ ਨਹੀਂ ਆਉਂਦੀ ਜੀ। ਤੁਸੀਂ ਆਪਣੀ ਤਰਫ ਤੋਂ ਜਾਂ ਪ੍ਰਸ਼ਾਸਨ ਵੱਲ ਤੋਂ ਕੀ ਕੀਤਾ ਜੀ? ਪ੍ਰਸ਼ਾਸਨ ਤੋਂ ਸਾਨੂੰ 35 ਕਿੱਟਾਂ ਆਈਆਂ ਸੀ ਜੀ। ਹਾਂਜੀ, ਉਹ ਅਸੀਂ ਡਿਵਾਈਡ ਕਰਤੀਆਂ ਸਾਰੀਆਂ ਦੀਆਂ 35 ਤੇ 35 ਬਣਤੀਆਂ ਜੀ। ਤੇ ਬਾਕੀ ਜਿਹੜਾ ਸਾਡੇ ਕਲੱਬ ਆ ਤੇ ਪਿੰਡ ਵਾਲਿਆਂ ਦੇ ਨਾਲ ਇਕੱਠੇ ਹੋ ਗਏ ਅਸੀਂ, ਜਿੰਨੇ ਪ੍ਰਵਾਸੀ ਮਜ਼ਦੂਰ ਰਹਿੰਦੇ ਨੇ ਸਾਡੇ, ਸੜਕ ਵਾਲੇ ਲੇਬਰ ਬੈਠੀ ਆ, ਬੈਂਕ ਪਿੱਛੇ ਪ੍ਰਵਾਸੀ ਨੇ ਜਾਂ ਕਿਰਾਏਦਾਰ ਰਹਿੰਦੇ ਨੇ, ਜਿਨ੍ਹਾਂ ਦੀਆਂ ਉਰੇ ਵੋਟਾਂ ਨਹੀਂ ਹੈਗੀਆਂ, ਅਸੀਂ ਉਹਨਾਂ ਨੂੰ ਪਹਿਲਾਦਾਰ ਦੇ ਰਾਸ਼ਨ ਪਹੁੰਚਾ ਰਹੇ ਹਾਂ। ਯਾਨੀ ਕਿ ਤੁਹਾਡੇ ਮਨ 'ਚ ਕੋਈ ਭੇਦਭਾਵ ਨਹੀਂ? ਕੋਈ ਭੇਦਭਾਵ ਨਹੀਂ, ਬਿਨਾਂ ਵੋਟਾਂ ਤੋਂ, ਇਨਸਾਨੀਅਤ ਨਾਤੇ ਤੁਸੀਂ ਹਰੇਕ ਨੂੰ ਦਾਨ ਕਰ ਰਹੇ ਹੋ। ਬਿਨਾਂ ਵੋਟਾਂ ਤੋਂ, ਜਿਨ੍ਹਾਂ ਬੰਦੇ ਦੀਆਂ ਵੋਟਾਂ ਨੇ ਹੈਗੀ ਪ੍ਰਵਾਸੀ ਨੇ, ਕਿਰਾਏਦਾਰ ਨੇ ਉਰੇ ਤੇ ਜਾਂ ਉਹ ਰਹਿੰਦੇ ਨੇ ਮਤਲਬ ਉਰੇ ਲੇਬਰ ਬੈਠੀ ਆ ਸੜਕ ਬਣਾਉਣ ਵਾਲੀ, ਤੇ ਉਹਨਾਂ ਨੂੰ ਅਸੀਂ ਬਿਨਾਂ ਭੇਦਭਾਵ ਤੋਂ ਕਰ ਰਹੇ ਹਾਂ ਸਾਰਾ ਕੁਛ। ਉਹ ਪਹਿਲ ਦੇ ਆਧਾਰ 'ਤੇ ਆ, ਕਿਉਂਕਿ ਜਿਹੜੇ ਪਿੰਡ ਦੇ ਲੋਕ ਨੇ ਇਹਨਾਂ ਕੋਲ ਤਾਂ ਰਾਸ਼ਨ ਹੈਗਾ, ਸਾਰੀ ਉਮਰ ਇਹਨਾਂ ਨੇ ਕਮਾਇਆ, 5-7 ਦਿਨ ਖਾ ਵੀ ਲੈਣਗੇ ਬੈਠ ਕੇ। ਨੰਬਰ 2 ਤੇ ਇਹਨਾਂ ਨੂੰ ਤਾਂ ਗੁਆਂਢੀ ਵੀ ਮਦਦ ਕਰ ਦੇਣਗੇ ਤੇ ਇਹਨਾਂ ਨੂੰ ਆਧਾਰ ਵੀ ਦੇ ਦੂਗਾ। ਜਿਹੜੇ ਪ੍ਰਵਾਸੀ ਨੇ ਇਹਨਾਂ ਨਾ ਕੁਛ ਨੇ ਆਧਾਰ ਦੇਣਾ ਨਾ ਕਿਸੇ ਨੇ ਉਹਨਾਂ ਦੀ ਮਦਦ ਕਰਨੀ, ਇਸ ਕਰਕੇ ਸਾਡੀ ਜਿਹੜੀ ਮੇਨ ਆ ਉਹ ਸਾਡਾ ਉਹਨਾਂ 'ਤੇ ਕੀਤਾ ਹੋਇਆ। ਬਾਕੀ ਪਿੰਡ ਵਾਲਿਆਂ ਨੂੰ ਅਸੀਂ ਕੋਈ ਦਿੱਕਤ ਨਹੀਂ ਆਉਣ ਦਿੰਦੇ, ਜਿਹੜਾ ਵੀ ਸਾਡੇ ਕੋਲ ਆਊਗਾ ਅਸੀਂ ਉਹਨੂੰ ਜਿਵੇਂ ਮਰਜ਼ੀ ਕਰੀਏ, ਸਾਡੇ ਕੋਲ ਵਕਤ ਵੀ ਹੈਗਾ ਜੀ, ਸਹਿਯੋਗ ਰਹੂਗੇ ਅਸੀਂ ਹੋਰ ਵੀ, ਪਿੰਡ ਸਾਨੂੰ ਸਹਿਯੋਗ ਦੇ ਰਿਹਾ ਪੂਰਾ, ਸਪੋਰਟਸ ਕਲੱਬ ਦੇ ਰਿਹਾ ਨੇ, ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਹੈਗੀ ਆ ਜੀ, ਉਹ ਵੀ ਦੇਣਗੇ। ਹੁਣ ਅਸੀਂ ਪਹਿਲਾਂ ਮੀਟਿੰਗ ਬੁਲਾਈ ਸੀਗੀ, ਸਾਡੇ ਸਾਰੇ ਸਾਬਕਾ ਸਰਪੰਚ, ਸਾਰੇ ਨੰਬਰਦਾਰ, ਗੁਰਦੁਆਰਾ ਸਾਹਿਬ, ਉੱਥੇ ਅਸੀਂ ਇਹ ਫੈਸਲਾ ਲਿਆ ਵੀ ਜਿਹੜੀ ਹੁਣ ਵੀ ਕੋਈ ਸਮੱਸਿਆ ਹੁੰਦੀ ਅਸੀਂ ਸਾਰੇ ਰਲ ਮਿਲ ਕੇ ਦੇਖਾਂਗੇ। ਤੁਹਾਡਾ ਆਪਣਾ ਰਿਪੋਰਟਰ ਦਿਲਦਾਰ ਹੁਸੈਨ, ਦਿਲਦਾਰ ਗਲੋਬਲ ਨਿਊਜ਼, ਮਲੇਰਕੋਟਲਾ।